ਮੋਹਾਲੀ ਦੇ ਵਿੱਚ ਇੱਕ ਟਰਾਲਾ ਆ ਕੇ ਵੱਜਿਆ ਤੇ ਭਿਆਨਕ ਹਾਦਸਾ ਵਾਪਰ ਗਿਆ। ਇਸ ਟਰੈਕਟਰ ਟਰਾਲੀ ਦੇ ਵਿੱਚ ਸ਼ਰਧਾਲੂ ਸਨ ਜੋ ਇੱਕ ਧਾਰਮਿਕ ਸਥਾਨ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ, ਪਰ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਟਰੈਕਟਰ ਟਰਾਲੀ ਸੜਕ ਤੇ ਪਲਟ ਗਏ, ਇੱਥੋਂ ਤੱਕ ਟਰਾਲੀ ਸੜਕ ਤੇ ਹੀ ਸਿੱਧੀ ਖੜੀ ਹੋ ਗਈ। ਇਸ ਹਾਦਸੇ ਦੇ ਵਿੱਚ 6 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਤੁਰੰਤ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਭਰਤੀ ਕਰਵਾਇਆ ਗਿਆ। ਸ਼੍ਰੀ ਮੁਕਤਸਰ ਸਾਹਿਬ ਕੋਟਕਪੁਰਾ ਰੋਡ ਤੇ ਇਹ ਹਾਦਸਾ ਵਾਪਰਿਆ ਜਦੋਂ ਟਰੈਕਟਰ ਟਰਾਲੀ ਅਤੇ ਟਰਾਲੇ ਦੀ ਅਚਾਨਕ ਟੱਕਰ ਹੋ ਜਾਂਦੀ ਹੈ, ਜਿਸ ਕਾਰਨ ਟਰੈਕਟਰ ਟਰਾਲੀ ਪਲਟ ਗਈ। ਸ਼ਰਧਾਲੂਆਂ ਦੇ ਟਰੈਕਟਰ ਟਰਾਲੀ ਨੂੰ ਕੋਟਕਪੁਰਾ ਵਾਲੇ ਪਾਸੇ ਤੋਂ ਆ ਰਹੇ ਟਰਾਲੇ ਨੇ ਜ਼ਬਰਦਸਤ ਟੱਕਰ ਮਾਰੀ। ਇਸ ਹਾਦਸੇ ਦੇ ਵਿੱਚ ਟਰੈਕਟਰ ਸੜਕ ਤੇ ਹੀ ਪਲਟ ਗਿਆ, ਜਦਕਿ ਟਰਾਲੀ ਸੜਕ ਵਿਚਕਾਰ ਇੱਕ ਪਾਸੇ ਨੂੰ ਪਲਟ ਗਈ। ਇਸ ਨਾਲ ਟਰਾਲੀ ਸਵਾਰਾਂ ਦੇ ਕਾਫੀ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ 'ਚ ਇਲਾਜ ਲਈ ਭੇਜਿਆ ਗਿਆ। 6 ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ, ਜਦੋਂ ਕਿ 2 ਦਾ ਇਲਾਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੀ ਚੱਲ ਰਿਹਾ। ਜ਼ਖਮੀ ਵਿਅਕਤੀ ਪਿੰਡ ਤਾਰੇਵਾਲ ਨਾਲ ਸੰਬੰਧਿਤ ਨੇ। ਦੱਸਦੇ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਉਦੇਕਰਨ ਕੋਲ ਸ਼੍ਰੀ ਮੁਕਤਸਰ ਸਾਹਿਬ ਕੋਟਕਪੁਰਾ ਰੋਡ ਤੇ ਬੀਤੀ ਰਾਤ ਧਾਰਮਿਕ ਸਥਾਨ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਦੇ ਟਰੈਕਟਰ ਟਰਾਲੀ ਨੂੰ ਕੋਟਕਪੁਰਾ ਵਾਲੇ ਪਾਸੇ ਤੋਂ ਆ ਰਹੇ ਟਰਾਲੇ ਨੇ ਜ਼ਬਰਦਸਤ ਟੱਕਰ ਮਾਰੀ ਹੈ। ਇਸ ਹਾਦਸੇ 'ਚ ਟਰੈਕਟਰ ਸੜਕ ਤੇ ਪਲਟ ਗਿਆ, ਜਦਕਿ ਟਰਾਲੀ ਸੜਕ ਵਿਚਕਾਰ ਇੱਕ ਪਾਸੇ ਨੂੰ ਪਲਟ ਗਈ। ਇਸ ਨਾਲ ਟਰਾਲੀ ਸਵਾਰਾਂ ਦੇ ਕਾਫੀ ਸੱਟਾਂ ਲੱਗੀਆਂ ਨੇ। ਇਹ ਬਾਬੇ ਤੋਂ ਆ ਰਹੇ ਸੀਗੇ ਜੀ, ਅਤੇ ਪਿੱਛੋਂ ਟਰੱਕ ਵੱਜਿਆ ਜੀ ਆਵੇ ਟਰਾਲੇ 'ਚ। ਇਹ ਕਿਹੜੀ ਜਗ੍ਹਾ 'ਤੇ, ਕਿਹੜੇ ਬਾਬੇ ਆ ਰਹੇ? ਮਲੇਰਕੋਟਲਾ 'ਤੇ। ਅਤੇ ਸਾਰੇ ਕਿੰਨੇ ਵਿਅਕਤੀ ਸਨ? ਇਹ ਸੀਗੇ ਜੀ ਸੀਗੇ 15-20 ਜਣੇ ਸੀਗੇ ਜੀ। ਇਹ ਟਰਾਲੀ 'ਤੇ ਆ ਰਹੇ ਸੀ? ਹਾਂਜੀ, ਟਰਾਲੀ 'ਤੇ ਆ ਰਹੇ ਸੀ। ਪਿੱਛੋਂ ਫੇਟ ਮਾਰੀ ਆ ਜੀ। ਕਿੱਥੋਂ ਦੇ ਰਹੇ? ਇਹ ਤਾਰੇਵਾਲੇ, ਪਿੰਡ ਤਾਰੇਵਾਲਾ। ਕਿੰਨੇ ਗੰਭੀਰ ਜ਼ਖਮੀ ਹੋਏ? ਜ਼ਖਮੀ ਬਹੁਤ 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 ਜ਼ਿਆਦਾ ਆਈ। ਅਤੇ ਉਹਨਾਂ ਨੂੰ ਕਿੱਥੇ ਰੈਫਰ ਕੀਤਾ? ਫਰੀਦਕੋਟ ਜੀ। ਕਿਸ ਤਰ੍ਹਾਂ ਦੇਖਦੇ ਤੁਸੀਂ? ਵੀ ਨਾਲ ਹੀ ਸੀ ਉਸ ਟਾਈਮ? ਨਹੀਂ, ਮੈਂ ਨਹੀਂ ਸੀ ਉਸ ਟਾਈਮ। ਹੁਣ ਜਦੋਂ ਉਹਨਾਂ ਦਾ ਇਲਾਜ ਕਿੱਥੇ? ਫਰੀਦਕੋਟ ਚੱਲ ਰਿਹਾ? ਫਰੀਦਕੋਟ ਚੱਲ ਰਿਹਾ ਜੀ। ਅਤੇ ਇਹ ਭੈਣ ਜੀ? ਹਾਂਜੀ। ਇੱਕ ਤੁਹਾਡੇ ਕੀ ਲੱਗਦੀ? ਭੈਣ ਹੀ ਲੱਗਦੀ ਹੈ ਜੀ। ਸਾਡੇ ਕੋਲ ਜੀ 11 ਪੇਸ਼ੈਂਟ ਆਏ ਸੀਗੇ, ਸਾਰੇ ਡਾਕਟਰ ਮੈਂ ਇੱਥੇ ਬੁਲਾ ਲਏ ਸੀ, ਸਾਰੇ ਡਾਕਟਰ ਇੱਥੇ ਹੀ ਸੀਗੇ। ਉਸ ਤੋਂ ਬਾਅਦ 6 ਪੇਸ਼ੈਂਟ ਥੋੜ੍ਹੇ ਜ਼ਿਆਦਾ ਸੀਰੀਅਸ ਸੀਗੇ, ਉਹਨਾਂ ਵਿੱਚੋਂ 4 ਦੇ ਹੈੱਡ ਇੰਜਰੀ ਲੱਗ ਰਹੀ ਸੀ ਕਿ ਜਿਵੇਂ ਸਿਰ 'ਚ ਚੋਟ ਵੱਜੀ ਹੋਵੇ, ਇੱਕ ਦੀ ਬਾਂਹ ਕੱਟੀ ਹੋਈ ਸੀ, ਇੱਕ ਦੀ ਰੀੜ੍ਹ ਦੀ ਹੱਡੀ 'ਤੇ ਚੋਟ ਲੱਗ ਰਹੀ ਸੀ। ਉਹਨਾਂ ਨੂੰ ਅਸੀਂ ਰੈਫਰ ਕਰਤਾ ਸੀਗਾ ਫਰੀਦਕੋਟ ਮੈਡੀਕਲ ਕਾਲਜ 'ਚ। ਇੱਕ ਸਾਡੇ ਕੋਲ ਉੱਪਰ ਪਿਆ ਜਿਹੜਾ ਕਿ ਠੀਕ ਹੈ ਕੰਡੀਸ਼ਨ 'ਚ, 4 ਬਿਲਕੁਲ ਸਟੇਬਲ ਸੀ ਜਿਹੜੇ ਘਰ ਚਲੇ ਗਏ ਨੇ।